ਤੁਹਾਡੇ ਵੱਲੋਂ ਕਿਸ ਤਰ੍ਹਾਂ ਦਾ ਹੁੰਗਾਰਾ ਮਿਲ ਰਿਹਾ ਅੱਜ? ਸਾਨੂੰ ਬਹੁਤ ਹੁੰਗਾਰਾ ਮਿਲ ਰਿਹਾ, ਮੇਰੇ ਮਨ 'ਚ ਚੀਮਾ ਸਾਹਿਬ ਜਿਹਨਾਂ ਪ੍ਰਧਾਨ ਲੁਧਿਆਣਾ ਵਿਅਕਤੀ ਦੇ ਆ, ਉਹ ਦੇਖੋ ਜੀ ਉਹਨੇ ਫੌਜ ਕਰ ਰਹੀ ਹੈ ਮੋਜ ਕਿਸਾਨਾਂ ਸਵਾਲ ਜਵਾਬ ਹੋਇਆ ਕਿਸਾਨਾਂ ਨਾਲ ਦੋ ਗੱਲਾਂ ਕੀਤੀਆਂ ਜੀ। ਮੈਂ ਕਿਹਾ ਤੁਸੀਂ ਕਿਸਾਨ ਆ, ਮੈਂ ਮਜ਼ਦੂਰ ਹੈ ਜੀ। ਆਪਣਾ ਨਾਰਾ ਇੱਕ ਹੈ, ਕਿਸਾਨ ਮਜ਼ਦੂਰ ਏਕਤਾ, ਵਾਹ ਬੋਲੋ ਜਿੰਦਾਬਾਦ ਜਿੰਦਾਬਾਦ। ਤੇ ਮੈਂ ਲੜਾਈ ਤੇਰੀ ਤੇਰੀ ਕਾਦੀ ਹਾਂਜੀ। ਮੈਂ ਸੁਖਵਿੰਦਰ ਸਿੰਘ, ਬੀ ਕੇ ਯੂ ਬਾਜੋਵਾਲ, ਮੀਤ ਪ੍ਰਧਾਨ ਪੰਜਾਬ। ਅੱਜ ਸਾਡੀ ਟੀਮ ਜਦ ਉਰੇ ਆਈ ਤਾਂ ਲੋਕ ਸਭਾ ਤੋਂ ਮੈਂਬਰ ਗੇਜਾ ਰਾਮ ਜੀ ਉਰੇ ਆਏ ਹੋਏ ਸੀ BJP ਦੇ। ਅਸੀਂ ਉਹਨਾਂ ਨੂੰ ਸਵਾਲ ਜਵਾਬ ਕੀਤੇ ਵੀ ਦੱਸੋ ਆ ਜਿਹੜੇ ਸਾਨੂੰ SKM ਵੱਲੋਂ 11 ਸਵਾਲ ਨੇ ਵੀ ਉਹਨਾਂ ਦੇ ਜਵਾਬ ਦਿਓ, ਵੀ ਜਿਹੜੀਆਂ ਸੜਕ 'ਤੇ ਕਿੱਲਾਂ ਲਾਈਆਂ ਨੇ ਉਹ ਕਿਉਂ ਲਾਈਆਂ ਨੇ, ਜਿਹੜੀ ਸਾਡੀ MSP ਦੀ ਮੰਗ ਆ ਹੋਰ ਕਿਸਾਨਾਂ ਦੀ, ਅਤੇ ਜਿਹੜੇ ਕਿਸਾਨ ਸ਼ਹੀਦ ਹੋਏ ਅਤੇ ਜਿਹੜੇ ਲਖੀਮਪੁਰ ਖੀਰੀ ਵਾਲੇ ਨੂੰ ਤੁਸੀਂ ਟਿਕਟ ਦੱਸੀ ਆ, ਉਹਨਾਂ ਨੂੰ ਅਸੀਂ 11 ਸਵਾਲਾਂ ਦੇ ਜਵਾਬ ਦਿੱਤੇ। ਫਿਰ ਉਹ ਉੱਤਰ ਕੇ ਖੜ੍ਹੇ ਰਹੇ ਨੇ ਵੀ ਦੱਸੋ ਮੈਂ ਆਹ ਦੱਸਦਾ, ਮੈਂ ਤੁਹਾਡੇ ਨਾਲ ਹਾਂ, ਇੱਕ ਵਾਰ ਮੈਨੂੰ ਭੇਜੋ ਉੱਥੇ। ਮੈਂ ਕਿਸਾਨ ਮਜ਼ਦੂਰ ਏਕਤਾ ਦੇ ਉਰੇ ਉਹਨਾਂ ਨੇ ਨਾਰੇ ਲਾਏ ਵੀ ਮੈਂ ਤੁਹਾਡੇ ਹੱਕ 'ਚ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਕਹਿਣਾ। ਅਤੇ ਅਸੀਂ ਮਤਲਬ ਉਹਨਾਂ ਨਾਲ ਫਿਰ ਪ੍ਰਸ਼ਾਸਨ ਵੀ ਆ ਗਿਆ, ਪ੍ਰਸ਼ਾਸਨ ਵੀ ਕਹਿਣਾ ਵੀ ਬਸ ਤੁਹਾਡੇ ਹੁਣ ਜਿੰਨੇ ਸਵਾਲ ਨੇ ਤੁਸੀਂ ਆਹ ਕਰ ਲਏ। ਉਹਨਾਂ ਨੇ ਪਰ ਕੋਈ ਜਵਾਬ ਨਹੀਂ ਦਿੱਤਾ, ਫਿਰ ਉਹ ਪ੍ਰਸ਼ਾਸਨ ਅਤੇ ਉਹਨਾਂ ਨੂੰ ਇਹ ਪੰਜਾਬ ਵਿੱਚ ਸਾਰੀ ਕਿਸਾਨ ਯੂਨੀਅਨ ਵੱਲੋਂ ਪ੍ਰੋਸੈਸ ਕੀਤਾ ਜਾ ਰਿਹਾ BJP ਸਾਰੀ SKM ਵੱਲੋਂ ਅਮਨ ਚੈਨ ਨਾਲ, ਮਤਲਬ ਜਿਹੜਾ ਵੀ ਕਰਨਾ ਸ਼ਾਂਤਮਈ ਢੰਗ ਨਾਲ ਕਰਨਾ। ਅੱਜ ਵੀ ਅਸੀਂ ਉਹਨਾਂ ਨੂੰ ਸ਼ਾਂਤਮਈ ਢੰਗ ਨਾਲ ਕੀਤਾ, ਅਤੇ ਉਹਨਾਂ ਨੇ ਉਹਨਾਂ ਦੇ ਵੀ ਵਰਕਰਾਂ ਨੇ ਸ਼ਾਂਤਮਈ ਢੰਗ ਨਾਲ ਸਾਨੂੰ, ਅਤੇ ਇਹਨਾਂ ਨੇ ਗੇਜਾ ਰਾਮ ਜੀ ਨੇ ਵੀ ਮਤਲਬ ਐਨ ਪੂਰੇ ਹਲੀਮੀ ਨਾਲ ਸਾਡੇ ਸਵਾਲਾਂ ਦੇ ਜਵਾਬ ਉਹ ਦੇ ਤਾਂ ਨਹੀਂ ਸਕੇ ਮਤਲਬ, ਪਰ ਉਹ ਕਹਿੰਦੇ ਨੇ ਵੀ ਅਸੀਂ ਤੁਹਾਨੂੰ ਕੀ ਵਿਸ਼ਵਾਸ ਦਵਾਇਆ ਸਰ ਉਹਨੇ ਗੇਜਾ ਵਿਸ਼ਵਾਸ ਦਵਾਇਆ, ਕਹਿੰਦੇ ਮੈਨੂੰ ਚੁਣ ਕੇ ਭੇਜੋ ਵੀ ਮੈਂ ਤੁਹਾਡੇ, ਮੈਂ ਮਜ਼ਦੂਰੀ ਵੀ ਕੀਤੀ ਆ, ਮੈਂ ਮੰਡੀ 'ਚ ਪੱਲੇਦਾਰੀ ਵੀ ਕੀਤੀ ਆ, ਕਹਿੰਦੇ ਮੈਂ ਆਹ ਸਾਰੀਆਂ ਚੀਜ਼ਾਂ ਕੀਤੀਆਂ ਨੇ, ਰਿਕਸ਼ਾ ਵੀ ਚਲਾਇਆ ਮੈਂ, ਕਹਿੰਦਾ ਗਰਾਸ ਰੂਟ ਤੋਂ ਉੱਠ ਕੇ ਗਿਆ ਮੈਂ ਤਾਂ ਲੀਡਰ ਬਣਿਆ, ਮੈਨੂੰ ਆਹ ਮਿਲੀ ਆ, ਇੱਕ ਵਾਰ ਮੇਰੇ 'ਤੇ ਵਿਸ਼ਵਾਸ ਦਵਾਓ। ਅਸੀਂ ਕਿਹਾ ਤੁਹਾਡੇ 'ਤੇ ਵਿਸ਼ਵਾਸ ਕਿਵੇਂ ਅਸੀਂ ਜਤਾਈਏ, BJP ਦਾ ਸਾਡਾ ਵੈਸੇ ਹੀ ਵਿਰੋਧ ਆ। ਹੁਣ ਉਹ ਜਿਹੜਾ ਉੱਥੇ ਅਸੀਂ ਪਾਕਿਸਤਾਨ ਵਾਲੇ ਤਾਂ ਹੈ ਨਹੀਂ ਸੀ, ਪੰਜਾਬ ਵਾਲੇ ਹੀ ਜਾ ਰਹੇ ਸੀ, ਜਿਹੜਾ ਉੱਥੇ ਖੱਟਰ ਸਰਕਾਰ ਨੇ ਕਿੱਲ ਕੱਢੇ ਨੇ ਸੜਕਾਂ 'ਚ, ਉੱਥੇ ਇੰਨੇ ਦਿਨਾਂ ਦੇ ਬੈਠੇ ਨੇ ਸ਼ਾਂਤਮਈ, ਨਾ ਕੋਈ ਪੁੱਛਦਾ ਨਾ ਕੋਈ ਮਿਲਣ ਆਇਆ ਕਿਸਾਨਾਂ ਨੂੰ, ਕਿੰਨੇ ਕਿਸਾਨ ਸ਼ੁਭ ਕਰਨ ਕਿਸਾਨ ਦੀ ਉੱਥੇ ਸ਼ਹੀਦ ਕਰਤਾ, ਜਿਹੜਾ ਸਾਡਾ ਕਿਸਾਨ ਉੱਥੇ ਸ਼ਹੀਦ ਹੋਇਆ, ਜਿਹਦੀ FIR 0 ਹੋ ਗਈ ਆ, ਉਹਦਾ ਵੀ ਹਾਈਕੋਰਟ ਅਤੇ ਸੁਪਰੀਮ ਕੋਰਟ 'ਚ ਕੇਸ ਪਾਇਆ, ਮਾਨਯੋਗ ਰਾਜੇਵਾਲ ਜੀ ਉਹ ਕੇਸ ਲੜ ਰਹੇ ਨੇ ਆਪਣੇ ਕਿਸਾਨਾਂ ਵਾਸਤੇ।